ਅੱਜ ਲੁਧਿਆਣੇ ਦੇ ਲੋਕ ਕਹਿੰਦੇ ਨੇ ਮੇਰ ਸਰ ਤਾਲਾ ਨੇ ਚਾਬੀ ਕਿਸੇ ਹੋਰ ਦੇ ਹੱਥਾਂ ਹੈ ਅੱਜ ਫੇਰ ਦੁਬਾਰਾ 15 ਮਿੰਟ ਦੀ ਸਿਰਫ ਬਰਸਾਤ ਨੇ ਪਾਣੀ ਫੇਰ ਜਲ ਥਲ ਕਰਤਾ ਆ ਲੋਧੀ ਕਲੱਬ ਦੇ ਕੋਲੇ ਅੰਡਰਪਾਸ ਖੜੇ ਆ ਕਿ ਇਹ ਜਿਹੜੀਆਂ ਸਮਾਰਟ ਸਿਟੀ ਨਾਉ ਦੀਆਂ ਆਈਡੀਆਂ ਗੱਲਾਂ ਥੋੜੇ ਮਾਨਯੋਗ ਮੰਤਰੀ ਵਿਧਾਇਕ ਥੋੜੀ ਸਰਕਾਰ ਕਰਦੀ ਹੈ ਉਹਦੀ ਜਿਉਂਦੀ ਜਾਗਦੀ ਤਸਵੀਰ ਦੇਖੋ ਆ ਕੇ ਦਫ਼ਤਰਾਂ ਦੀਆਂ ਕੁਰਸੀਆਂ ਤੋਂ ਬਾਹਰ ਨਿਕਲੋ ਆਓ ਚੱਕੋ ਪੈਂਟਾਂ ਤੇ ਪਜਾਮਿਆਂ ਦੇ ਪਹੁੰਚੇ ਲਾਓ ਬੂਟ ਖੜੋ ਪਾਣੀ ਚਾ ਕੇ ਗੱਡੀਆਂ ਲੋਕਾਂ ਦੀਆਂ ਖਰਾਬ ਹੋਈਆਂ ਪਈਆਂ ਇਹ ਕਿਹੜੇ ਮੂੰਹ ਨਾਲ ਕਾਲਰ ਖੜੇ ਕਰਦੇ ਆ ਲੋਕਲ ਐਡਮਿਨਿਸਟ੍ਰੇਸ਼ਨ ਕਿ ਅਸੀਂ ਜੀ ਬੜਾ ਸਮਾਰਟ ਸਿਟੀ ਬਣਾਤਾ ਔਰ ਸਰਕਾਰ ਦੇ ਤੁਸੀਂ ਨੁਮਾਇੰਦੇ ਹੋ ਕਾਂਗਰਸ ਪਾਰਟੀ ਦੇ ਨਹੀਂ ਸਰਾਪਾ ਨਗਰ ਰੋਡ ਦੇ ਉੱਪਰ ਦੁਕਾਨਾਂ ਵਾਲਿਆਂ ਤੋਂ ਜਾ ਕੇ ਪੁੱਛੋ ਤੁਸੀਂ ਮੀਡੀਆ ਵਾਲੇ ਭਰਾਵੋ ਜਿੱਥੇ 1 ਫੁੱਟ ਦਾ ਮੂਹਰੇ ਥੜਾ ਚਾਹੀਦਾ 10-10 ਫੁੱਟ ਦੇ ਥੜੇ ਕਿਹਦੇ ਲਈ ਬਣਾਏ ਨੇ ਇਹ ਕਿਹੜੀ ਸੁੰਦਰਤਾ ਦਿਖਾਉਣੀ ਚਾਹੁੰਦੇ ਨੇ ਆ ਸੁੰਦਰਤਾ ਦਿਖਾਉਣ ਜਿਹੜਾ ਪਾਣੀ ਇੰਨਾ ਖੜਾ ਕੀਤਾ ਆ ਰੋਕ ਲਓ ਜਿਹੜੀ ਮਰਜ਼ੀ ਗੱਡੀ ਪੁੱਛੋ ਉਹਨਾਂ ਨੂੰ ਕਿ ਉਹ ਸਮਾਰਟ ਸਿਟੀ ਤੋਂ ਖੁਸ਼ ਨੇ ਲੋਕ ਮਨ ਮਨ ਮੈਂ ਹੁਣ ਇਸ ਤੋਂ ਵੱਡਾ ਸ਼ਬਦ ਨਹੀਂ ਯੂਜ਼ ਕਰਨਾ ਮਨ ਮਨ ਤਰ੍ਹਾਂ ਦੀਆਂ ਗੱਲਾਂ ਕਰਦੇ ਹੁਣ ਮੈਂ ਗਾਲਾਂ ਤਾਂ ਕਹਿ ਨਹੀਂ ਸਕਦਾ ਗੱਲਾਂ ਹੀ ਕਹੂੰਗਾ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਬਤੌਰ ਪਾਰਟੀ ਜਨਰਲ ਸਕੱਤਰ ਹਲਕਾ ਇੰਚਾਰਜ ਲੁਧਿਆਣਾ ਪੱਛਮੀ ਮੈਨੂੰ ਪਤਾ ਲੱਗਿਆ ਕਿ ਅੱਜ ਫੇਰ ਦੁਬਾਰਾ 15 ਮਿੰਟ ਦੀ ਸਿਰਫ ਬਰਸਾਤ ਨੇ ਪਾਣੀ ਫੇਰ ਜਲ ਥਲ ਕਰਤਾ ਆ ਲੋਧੀ ਕਲੱਬ ਦੇ ਕੋਲੇ ਅੰਡਰਪਾਸ ਖੜੇ ਆ ਮੈਂ ਪੰਜਾਬ ਸਰਕਾਰ ਤੇ ਪੰਜਾਬ ਸਰਕਾਰ ਦੇ ਲੋਕਲ ਐਡਮਿਨਿਸਟ੍ਰੇਸ਼ਨ ਮੇਅਰ ਸਾਹਿਬ ਤੇ ਕਾਰਪੋਰੇਸ਼ਨ ਕਮਿਸ਼ਨਰ ਨੂੰ ਇਹ ਪੁੱਛਣਾ ਚਾਹੁੰਦਾ ਕਿ ਇਹ ਜਿਹੜੀਆਂ ਸਮਾਰਟ ਸਿਟੀ ਨਾਉ ਦੀਆਂ ਆਈਡੀਆ ਗੱਲਾਂ ਥੋੜੇ ਮਾਨਯੋਗ ਮੰਤਰੀ ਵਿਧਾਇਕ ਥੋੜੀ ਸਰਕਾਰ ਕਰਦੀ ਹੈ ਉਹਦੀ ਜਿਉਂਦੀ ਜਾਗਦੀ ਤਸਵੀਰ ਦੇਖੋ ਆ ਕੇ ਦਫ਼ਤਰਾਂ ਦੀਆਂ ਕੁਰਸੀਆਂ ਤੋਂ ਬਾਹਰ ਨਿਕਲੋ ਆਓ ਚੱਕੋ ਪੈਂਟਾਂ ਤੇ ਪਜਾਮਿਆਂ ਦੇ ਪਹੁੰਚੇ ਲਾਓ ਬੂਟ ਖੜੋ ਪਾਣੀ ਚਾ ਕੇ ਗੱਡੀਆਂ ਲੋਕਾਂ ਦੀਆਂ ਖਰਾਬ ਹੋਈਆਂ ਪਈਆਂ ਇਹ ਕਿਹੜੇ ਮੂੰਹ ਨਾਲ ਕਾਲਰ ਖੜੇ ਕਰਦੇ ਆ ਲੋਕਲ ਐਡਮਿਨਿਸਟ੍ਰੇਸ਼ਨ ਕਿ ਅਸੀਂ ਜੀ ਬੜਾ ਸਮਾਰਟ ਸਿਟੀ ਬਣਾਤਾ ਸਾਰਾ ਦਿਨ ਦਫ਼ਤਰਾਂ 'ਚ ਬਹਿ ਕੇ ਭਾਸ਼ਣ ਨੀਤੀਆਂ ਤੋਂ ਇਲਾਵਾ ਪ੍ਰੈਕਟੀਕਲ ਲਾਈਫ ਜ਼ੀਰੋ ਸਾਡੇ ਸਮਾਰਟ ਸਿਟੀ ਦੇ ਨਾਂ ਤੇ ਕਰੋੜਾਂ ਰੁਪਈਆ ਜਿਹੜਾ ਸੰਗਤ ਦਾ ਲੱਗਿਆ ਜਨ ਜੀਵਤ ਪਾਣੀ ਦੀ ਨਿਕਾਸੀ ਸਭ ਤੋਂ ਬੇਸਿਕ ਸਹੂਲਤ ਹੈ ਇਹਨਾਂ ਤੋਂ ਪਿਛਲੇ 5 ਸਾਲਾਂ ਸਰਕਾਰ ਤੋਂ ਇੱਕ ਪਾਣੀ ਦੀ ਨਿਕਾਸੀ ਦਾ ਹੱਲ ਨਹੀਂ ਹੋ ਸਕਿਆ ਮੋਟਰਾਂ ਲਾਈਆਂ ਮੋਟਰਾਂ ਬੰਦ ਨੇ ਮੈਂ ਮੀਡੀਆ ਰਾਹੀਂ ਤੁਹਾਨੂੰ ਭਰਾਵਾਂ ਰਾਹੀਂ ਤੁਹਾਡੇ ਭਰਾਵਾਂ ਰਾਹੀਂ ਇੱਕੋ ਗੱਲ ਮੇਅਰ ਸਾਹਿਬ ਨੂੰ ਕਹਿਣੀ ਚਾਹੁੰਦਾ ਵੀ ਅੱਜ ਲੁਧਿਆਣੇ ਦੇ ਲੋਕ ਕਹਿੰਦੇ ਨੇ ਮੇਅਰ ਸਾਹਿਬ ਤਾਲਾ ਨੇ ਚਾਬੀ ਕਿਸੇ ਹੋਰ ਦੇ ਹੱਥ ਹੈ ਔਰ ਸਰਕਾਰ ਦੇ ਤੁਸੀਂ ਨੁਮਾਇੰਦੇ ਹੋ ਕਾਂਗਰਸ ਪਾਰਟੀ ਦੇ ਨਹੀਂ ਲੋਕਾਂ ਦਾ ਹਾਲ ਦੇਖੋ ਗੱਡੀਆਂ ਖੜੀਆਂ ਲੋਕਾਂ ਦੀਆਂ ਟੁੱਟੀ ਜਾਂਦੀਆਂ ਸੋ ਦੋਸਤੋ ਚਾਬੀ ਤਾਲੇ ਦੀ ਉਹ ਤੁਹਾਨੂੰ ਪਤਾ ਹੀ ਹੈ ਜੀ ਕਿਹਦੇ ਹੱਥ ਹੈ ਸਾਡੇ ਵੱਡੇ ਵੀਰ ਆਸ਼ੂ ਜੀ ਉਹ ਮੇਅਰ ਸਾਹਿਬ ਉਹ ਜੋ ਕਹਿੰਦੇ ਨੇ ਉਹ ਕਰਦੇ ਨੇ ਔਰ ਹਲਕਾ ਪੱਛਮੀ 'ਚ ਸਰਾਪਾ ਨਗਰ ਰੋਡ ਦੇ ਉੱਪਰ ਦੁਕਾਨਾਂ ਵਾਲਿਆਂ ਤੋਂ ਜਾ ਕੇ ਪੁੱਛੋ ਤੁਸੀਂ ਮੀਡੀਆ ਵਾਲੇ ਭਰਾਵੋ ਜਿੱਥੇ 1 ਫੁੱਟ ਦਾ ਮੂਹਰੇ ਥੜਾ ਚਾਹੀਦਾ 10-10 ਫੁੱਟ ਦੇ ਥੜੇ ਕਿਹਦੇ ਲਈ ਬਣਾਏ ਨੇ ਇਹ ਕਿਹੜੀ ਸੁੰਦਰਤਾ ਦਿਖਾਉਣੀ ਚਾਹੁੰਦੇ ਨੇ ਆ ਸੁੰਦਰਤਾ ਦਿਖਾਉਣ ਜਿਹੜਾ ਪਾਣੀ ਇੰਨਾ ਖੜਾ ਕੀਤਾ ਮੈਂ ਤੁਸੀਂ ਸਮਾਰਟ ਦੇਖ ਹੀ ਰਹੇ ਹੋ ਆ ਮੈਂ ਤਾਂ ਚਲੋ ਇੱਕ ਪਾਰਟੀ ਦਾ ਨੁਮਾਇੰਦਾ ਹੋ ਸਕਦਾ ਮੈਂ ਝੂਠ ਬੋਲਦਾ ਵਾ ਆ ਰੋਕ ਲਓ ਜਿਹੜੀ ਮਰਜ਼ੀ ਗੱਡੀ ਪੁੱਛੋ ਉਹਨਾਂ ਨੂੰ ਕਿ ਉਹ ਸਮਾਰਟ ਸਿਟੀ ਤੋਂ ਖੁਸ਼ ਨੇ ਲੋਕ ਮਨ ਮਨ ਮੈਂ ਹੁਣ ਇਸ ਤੋਂ ਵੱਡਾ ਸ਼ਬਦ ਨਹੀਂ ਯੂਜ਼ ਕਰਨਾ ਮਨ ਮਨ ਤਰ੍ਹਾਂ ਦੀਆਂ ਗੱਲਾਂ ਕਰਦੇ ਹੁਣ ਮੈਂ ਗਾਲਾਂ ਤਾਂ ਕਹਿ ਨਹੀਂ ਸਕਦਾ ਗੱਲਾਂ ਹੀ ਕਹੂੰਗਾ ਇੰਨਾ ਬੁਰਾ ਹਾਲ ਹੈ ਸਾਡੇ ਸਮਾਰਟ ਸਿਟੀ ਦਾ।